ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਖੇਡ ਮੇਲਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਬੜੇ ਲੰਬੇ ਅਰਸੇ ਦੇ ਬਾਅਦ ਕੋਈ ਵੀ ਵੱਡੇ ਪੱਧਰ 'ਤੇ ਪੇਂਡੂ ਖੇਡ ਮੇਲਾ ਹੋਣ ਜਾ ਰਿਹਾ ਹੈ। ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਹਰ ਵਰਗ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ ਹੈ, ਜਿਸ ਵਿੱਚ ਸਾਬਕਾ ਖਿਡਾਰੀ ਵੀ ਆਪਣੀ ਜ਼ੋਰ ਅਜਮਾਈ ਕਰ ਸਕਦੇ ਹਨ। 14 ਸਾਲ ਤੋਂ ਘੱਟ, 17 ਸਾਲ ਤੋਂ ਘੱਟ, 19 ਸਾਲ ਤੋਂ ਘੱਟ, 21 ਸਾਲ ਤੋਂ ਘੱਟ, 21 ਤੋਂ ਲੈ ਕੇ 40 ਅਤੇ 41 ਤੋਂ 50 ਅਤੇ 50 ਤੋਂ ਉੱਪਰ ਦੇ ਖਿਡਾਰੀ ਬੜੇ ਜੋਸ਼ੋ ਖਰੋਸ਼ ਨਾਲ ਹਿੱਸਾ ਲੈ ਰਹੇ ਹਨ। ਉੱਥੇ ਸੈਲੀਬ੍ਰਿਟੀ ਵੀ ਇਸ ਮੇਲੇ ਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਅੱਜ ਕੋਟਲਾ ਸੁਲਤਾਨ ਸਿੰਘ ਵਿਖੇ ਚੱਲ ਰਹੇ ਇਸ ਖੇਡ ਮੇਲੇ ਦੇ ਤੀਸਰੇ ਦਿਨ ਸਰਦਾਰ ਸੁਖਵਿੰਦਰ ਸਿੰਘ ਅੰਤਰਰਾਸ਼ਟਰੀ ਹਾਕੀ ਖਿਡਾਰੀ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉੱਥੇ ਖਿਡਾਰੀਆਂ ਦੇ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਗਏ। ਇੱਥੇ ਇਹ ਵੀ ਕਿਹਾ ਗਿਆ ਕਿ ਖਿਡਾਰੀਆਂ ਨੂੰ ਖੇਡਾਂ ਦੇ ਨਾਲ ਨਾਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਖਿਡਾਰੀ ਉੱਚੇ ਲੈਵਲ ਤੱਕ ਜਾਂਦਾ ਹੈ ਤਾਂ ਉੱਥੇ ਉਸਦੀ ਐਜੂਕੇਸ਼ਨ ਕੰਮ ਬਹੁਤ ਜ਼ਿਆਦਾ ਆਉਂਦੀ ਹੈ। ਇਸ ਕਰਕੇ ਉਹਨੇ ਖਿਡਾਰੀਆਂ ਨੂੰ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸਮਝਾਇਆ ਕਿ ਖਿਡਾਰੀ ਆਪਣੀ ਖੇਡਾਂ ਦੇ ਨਾਲ ਨਾਲ ਆਪਣੀ ਸਟੱਡੀ ਨੂੰ ਵੀ ਜਾਰੀ ਰੱਖਣ, ਕਿਉਂਕਿ ਸਟੱਡੀ ਅਤੇ ਖੇਡਾਂ ਰਲ ਕੇ ਇੱਕ ਹੋ ਜਾਂਦੀਆਂ ਹਨ ਅਤੇ ਫਿਰ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਇੱਥੇ ਵੀ ਜ਼ਿਕਰਯੋਗ ਹੈ ਕਿ ਜਦੋਂ ਸੁਖਦੇਵ ਸਿੰਘ ਹਾਕੀ ਖਿਡਾਰੀ ਕੋਟਲਾ ਸੁਲਤਾਨ ਸਿੰਘ ਵਿਖੇ ਪਹੁੰਚੇ ਅਤੇ ਤਹਿਸੀਲਦਾਰ ਰਤਨਜੀਤ ਖੁੱਲਰ ਜੀ ਵੱਲੋਂ ਉਹਨਾਂ ਨੂੰ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉੱਥੇ ਸਕੂਲ ਦੀ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਵਿਨੋਦ ਸ਼ਰਮਾ ਜੀ ਵੱਲੋਂ ਇੱਕ ਸ਼ਾਨਦਾਰ ਟਰੋਫੀ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਮੇਰਾ ਨਾਮ ਸੁਖਦੇਵ ਸਿੰਘ ਆ, ਮੈਂ ਇੰਟਰਨੈਸ਼ਨਲ ਹਾਕੀ ਪਲੇਅਰ ਹਾਂ ਇਸੇ ਤੁਹਾਡੇ ਇਲਾਕੇ ਦਾ, ਅਤੇ ਤਕਰੀਬਨ ਮੈਨੂੰ ਮਿਨੀਮਮ 15 ਤੋਂ 16 ਸਾਲ ਹੋ ਗਏ ਇੱਥੇ ਬਾਹਰ ਰਹਿੰਦੇ ਹੋਇਆ ਅੰਮ੍ਰਿਤਸਰ ਛੱਡੇ ਹੋਏ ਨੂੰ। ਬਟ ਮੈਂ ਜਦੋਂ ਆਪਣੇ ਪਿੰਡ ਆਉਂਦਾ ਹਾਂ ਤਾਂ ਕਾਫੀ ਖੁਸ਼ੀ ਹੁੰਦੀ ਆ ਵੀ ਸਾਡੇ ਜਿਹੜਾ ਬੈਕਗਰਾਊਂਡ ਹੈ ਮੇਰਾ ਉਹ ਤੁਹਾਡੇ ਵਰਗੇ ਬੱਚੇ ਮਿਹਨਤ ਕਰਦੇ ਪਏ ਨੇ ਬੈਕ ਸਾਈਡ 'ਤੇ, ਹੈ ਨਾ। ਮੈਂ ਕੁਝ ਗੱਲਾਂ ਤੁਹਾਨੂੰ ਦੱਸਾਂਗਾ ਵੀ ਜਿੱਦਾਂ ਤੁਸੀਂ ਸਪੋਰਟਸ ਕਰਦੇ ਪਏ ਹੋ ਨਾਲ ਨਾਲ, ਇੱਕ ਤਾਂ ਫਸਟ ਚੀਜ਼ ਇਹ ਆ ਵੀ ਕਦੀ ਵੀ ਆਪਣੀ ਜਿਹੜੀ ਆ ਸਟੱਡੀ ਉਹ ਨਹੀਂ ਛੱਡਣੀ ਹੈਗੀ, ਹੈ ਨਾ। ਕਿਉਂਕਿ ਮੋਸਟਲੀ ਆਪਾਂ ਇੱਦਾਂ ਕਰਦੇ ਹਾਂ ਜਦੋਂ ਵੀ ਆਪਾਂ ਗੇਮ ਵੱਲ ਧਿਆਨ ਦਿੰਦੇ ਹਾਂ ਆਪਾਂ ਸਟੱਡੀ ਬਿਲਕੁਲ ਛੱਡ ਦਿੰਦੇ ਹਾਂ, ਹੈ ਨਾ। ਜਦੋਂ ਉੱਪਰ ਲੈਵਲ 'ਤੇ ਆਪਾਂ ਜਾਂਦੇ ਹਾਂ ਇਸ ਲੈਵਲ 'ਤੇ ਤਾਂ ਠੀਕ ਆ, ਤੁਹਾਨੂੰ ਪੰਜਾਬੀ ਸਰ ਮਿਲੇ ਹੋਏ ਨੇ, ਸਾਰਾ ਕੁਝ ਮਿਲਿਆ ਹੋਇਆ ਨਾ। ਮੈਂ 6 ਸਾਲ ਐਜ ਏ ਆਸਟ੍ਰੇਲੀਅਨ ਹੋਲੈਂਡ ਕੋਚਾਂ ਦੇ ਅੰਡਰ ਰਿਹਾ ਹੋਇਆ, ਹੈ ਨਾ। ਮੈਂ ਵੀ ਤੁਹਾਡੇ ਵਾਂਗ ਸਟੱਡੀ 'ਚ ਬਹੁਤ ਪਹਿਲਾਂ ਘੱਟ ਧਿਆਨ ਦਿੰਦਾ ਸੀ, ਹੈ ਨਾ। ਫਿਰ ਉੱਥੇ ਜਾ ਕੇ ਜਿਹੜੀਆਂ ਮੁਸ਼ਕਲਾਂ ਮੈਨੂੰ ਸਾਹਮਣਾ ਕਰਨਾ ਪਿਆ ਮੈਨੂੰ ਲੈਂਗੁਏਜ ਕਰਕੇ, ਕਿਉਂਕਿ ਸਾਰਾ ਸਟਾਫ ਬਾਹਰ ਦਾ ਆ, ਮੈਨੂੰ ਪੰਜਾਬੀ ਆਉਂਦੀ ਹੈ ਨਾ, ਥੋੜ੍ਹੀ ਬਹੁਤ ਹਿੰਦੀ ਆਉਂਦੀ ਸੀ। ਇਸ ਕਰਕੇ ਕਹਿ ਰਿਹਾ ਵੀ ਸਟੱਡੀ ਨਾਲ ਨਾਲ ਰੱਖੋ ਆਪਣੇ, ਕਿਉਂਕਿ ਉੱਪਰਲੇ ਲੈਵਲ 'ਤੇ ਜਿਹੜੀਆਂ ਗੇਮਾਂ ਹੁੰਦੀਆਂ ਨੇ ਉਹ ਬਹੁਤ ਮੈਂਟਲੀ ਸਟਰੋਂਗ, ਬੜੇ ਜਿੱਥੋਂ ਮੈਂਟਲੀ ਸਟਰੋਂਗ ਬੱਚੇ ਹੁੰਦੇ ਨੇ ਉਹ ਜਿਹਾ ਖੇਡਦੇ ਨੇ, ਹੈ ਨਾ। ਕਿਉਂਕਿ ਉੱਥੇ ਟੈਕਨੀਕਲ ਚੀਜ਼ਾਂ ਬਹੁਤ ਆ ਜਾਂਦੀਆਂ, ਓਲੰਪਿਕਸ 'ਤੇ ਗਾਉਣ ਵਾਸਤੇ ਏਸ਼ੀਅਨ ਗੇਮਸ ਜਾ ਕੇ ਇੱਕ ਤੁਹਾਡੀ ਸਟੱਡੀ ਗੁੱਡ ਆ ਨਾ। ਸਾਰੇ ਹੁਣੀ ਵੀ ਉਹ ਗੱਲ ਕਰ ਰਹੇ ਸੀ ਪਹਿਲਾਂ ਅਸੀਂ ਬੈਠੇ ਸੀਗੇ ਵੀ ਬੱਚੇ ਅੱਜ ਕੱਲ੍ਹ ਪੜ੍ਹਦੇ ਨਹੀਂ ਨਾਲ ਨਾਲ। ਮੈਂ ਇਸ ਕਰਕੇ ਕਹਿ ਰਿਹਾ ਜਿਹੜਾ ਬੱਚਾ ਸਟੱਡੀ ਵਿੱਚ ਚੰਗਾ ਉਹ ਗੇਮ ਵਿੱਚ ਚੰਗਾ ਅੱਜ ਕੱਲ੍ਹ ਟਾਈਮ 'ਚ, ਕਿਉਂਕਿ ਟਾਈਮ ਬਹੁਤ ਚੇਂਜ ਹੋ ਗਿਆ ਹੁਣ। ਇਸ ਕਰਕੇ ਕਦੇ ਵੀ ਇਹ ਨਹੀਂ ਸੋਚਣਾ ਵੀ ਮੈਂ ਸਪੋਰਟਸ ਕਰਦਾ ਪਿਆ ਅਤੇ ਮੇਰੇ ਕੋਲ ਟਾਈਮ ਨਹੀਂ ਹੈਗਾ, ਟਾਈਮ ਉਹਦੇ ਵਾਸਤੇ ਕੱਢਣਾ ਸਟੱਡੀ ਵਾਸਤੇ, ਠੀਕ ਹੈ। ਸੈਕਿੰਡ ਚੀਜ਼ ਆ ਹਮੇਸ਼ਾ ਆਪਣੇ ਆਪ ਨੂੰ ਡਿਸਿਪਲਿਨ ਦੇ ਵਿੱਚ ਰੱਖਣਾ ਹੈ। ਫਾਲਤੂ ਆਪਾਂ ਅੱਜ ਕੱਲ੍ਹ ਆਪਣੇ ਕੋਲ ਸਾਰਿਆਂ ਦਾ ਫੋਨ ਹੈ ਨਾ, ਮੋਬਾਇਲ ਫੋਨ ਤਾਂ ਹਰੇਕ ਕੋਲ ਆ, ਮਿਸਯੂਜ਼ ਨਹੀਂ ਕਰਨਾ ਬਹੁਤਾ ਜ਼ਿਆਦਾ। ਆਪਾਂ ਕਈ ਵਾਰੀ ਹੁੰਦਾ ਜਾਂ ਆਪਾਂ ਬਹੁਤ ਟਾਈਮ ਜਿਹੜਾ ਆ ਫੋਨਾਂ ਦੇ ਵਿੱਚ ਲੱਗੇ ਰਹਿੰਦੇ ਹਾਂ ਨਾ, ਫੋਨ ਦਾ ਇੱਕ ਟਾਈਮ ਰੱਖੋ, ਹੈ ਨਾ। ਫੋਨ ਦੇ ਵਿੱਚ ਬਹੁਤ ਸਾਰੀਆਂ ਵਧੀਆ ਚੀਜ਼ਾਂ ਸਿੱਖਣ ਵਾਸਤੇ ਆ, ਹਮੇਸ਼ਾ ਉਹਨਾਂ ਨੂੰ ਹੀ ਸਿੱਖੋ। ਜੇਕਰ ਤੁਹਾਨੂੰ ਕੋਚਿੰਗ ਦੀ ਪ੍ਰੋਬਲਮ ਆ ਰਹੀ ਆ ਯੂਟਿਊਬ 'ਤੇ ਸਰਚ ਕਰੋ, ਤੁਹਾਨੂੰ ਸਭ ਕੁਝ ਆ ਜਾਏਗਾ। ਜੇ ਤੁਹਾਨੂੰ ਗੇਮ ਦੇ ਅੰਡਰ ਕੋਈ ਪ੍ਰੋਬਲਮ ਆ ਰਹੀ ਆ ਯੂਟਿਊਬ ਸਰਚ ਕਰੋ, ਸਾਰਾ ਕੁਝ ਆ ਜਾਊਗਾ ਨਾ। ਹਰੇਕ ਚੀਜ਼ ਤੁਸੀਂ ਸਿੱਖ ਸਕਦੇ ਹੋ, ਹਰੇਕ ਚੀਜ਼ ਤੁਸੀਂ ਬਾਹਰ ਲੈਣ ਸਿੱਖ ਸਕਦੇ। ਜੇ ਤੁਸੀਂ ਇੱਥੇ ਬੈਠੇ ਬੈਠੇ ਤੁਸੀਂ ਆਸਟ੍ਰੇਲੀਆ ਟੀਮ ਨਾਲ ਜਾ ਗੱਲ ਕਰ ਸਕਦੇ ਹੋ, ਹੈ ਨਾ। ਜੇ ਤੁਹਾਡੇ ਕੋਲ ਅੱਜ ਵਧੀਆ ਐਜੂਕੇਸ਼ਨ ਆ, ਤੁਹਾਡੇ ਕੋਲ ਵਧੀਆ ਫੈਸਿਲਿਟੀਜ਼ ਆ, ਫੋਨ ਹੈ ਤੁਹਾਡੇ ਕੋਲ, ਹੈ ਨਾ। ਸੈਕਿੰਡ, ਹਮੇਸ਼ਾ ਆਪਣੇ ਪੇਰੈਂਟਸ ਜਿਹੜੇ ਨਾ, ਆਪਣੇ ਪੇਰੈਂਟਸ, ਆਪਣੇ ਟੀਚਰ, ਹਮੇਸ਼ਾ ਉਹਨਾਂ ਦਾ ਆਦਰ ਕਰੋ, ਕਿਉਂਕਿ ਤੁਹਾਡੇ ਜਿਹੜੇ ਪੇਰੈਂਟਸ
ਤੁਹਾਡੇ ਜਿਹੜੇ ਟੀਚਰ ਨੇ ਜੇਕਰ ਤੁਹਾਨੂੰ ਵਧੀਆ ਗਾਈਡ ਉਹੀ ਕਰ ਸਕਦੇ ਨੇ, ਨਾ ਕਿ ਤੁਹਾਡਾ ਕੋਈ ਬਾਹਰਲਾ ਕੋਈ ਸਰਕਲ ਫਰੈਂਡ ਜਾਂ ਹੋਰ ਕੋਈ ਵਧੀਆ ਗਾਈਡ ਨਹੀਂ ਕਰ ਸਕਦਾ। ਇਸ ਕਰਕੇ ਜਦੋਂ ਵੀ ਕਿਸੇ ਵੀ ਲੈਵਲ 'ਤੇ ਪਹੁੰਚਦੇ ਹਮੇਸ਼ਾ ਪੇਰੈਂਟਸ ਜਿਹੜੀ ਹਮੇਸ਼ਾ ਰਿਸਪੈਕਟ ਕਰਿਆ ਕਰੋ, ਠੀਕ ਹੈ, ਉਸ ਤੋਂ ਬਾਅਦ ਆਪਣੇ ਟੀਚਰਾਂ ਦੀ। ਅਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਹਾਂ, ਜਿਹੜੇ ਗੋਲ ਹੁੰਦੇ ਨਾ ਹਮੇਸ਼ਾ ਉੱਚੇ ਰੱਖਿਆ ਕਰੋ। ਗੋਲ ਸਮਝਦੇ ਹੋ ਕੀ ਹੁੰਦੇ ਆ? ਅੱਜ ਤੁਸੀਂ ਇੱਥੇ ਖੇਡਦੇ ਪਿਓ, ਅੱਜ ਹੈ ਨਾ ਕੁਛ ਸੋਚ ਕੇ ਖੇਡਦੇ ਪਿਓ ਨਾ, ਕੀ ਕੀ ਸੋਚ ਕੇ ਆਇਓ ਇੱਥੇ ਜਿੱਤਣਾ ਅੱਜ? ਠੀਕ ਆ, ਗੁੱਡ। ਜਦੋਂ ਇਹ ਹੁੰਦੇ ਆ ਸ਼ੋਰਟ ਟਰਮ ਗੋਲ ਕਿ ਆਪਾਂ ਅੱਜ ਕੋਈ ਜਿੱਤਣਾ ਇੱਥੇ ਆਣ ਕੇ ਨਾ, ਬਟ ਇਸ ਤੋਂ ਉੱਪਰ ਇੱਕ ਗੋਲ ਹੁੰਦਾ ਲੌਂਗ ਟਰਮ ਗੋਲ। ਅਸੀਂ ਆਹ ਮਹੀਨੇ ਵਿੱਚ ਆਹ ਚੀਜ਼ ਸਿੱਖਣੀ ਆ, ਜਿੱਤਿਆ ਆ, ਉਸ ਤੋਂ ਬਾਅਦ ਅਸੀਂ ਸਾਲ ਬਾਅਦ ਕਿੱਥੇ ਜਾਣਾ ਹੈ ਨਾ, ਸਾਲ ਬਾਅਦ ਅਸੀਂ ਡਿਸਟ੍ਰਿਕਟ ਲੈਵਲ ਨੂੰ ਰੈਪ੍ਰਜੈਂਟ ਕਰਨਾ, ਨੈਸ਼ਨਲ ਖੇਡਣੀ ਹੈ, ਇੰਡੀਆ ਟੀਮ ਦੇ ਵਿੱਚ ਜਾਣਾ ਹੈ ਨਾ। ਉਹ ਜਿਹੜੀਆਂ ਚੀਜ਼ਾਂ ਉਹ ਆਪਣੇ ਡਾਇਰੀ ਦੇ ਵਿੱਚ ਲਿਖਿਆ ਕਰੋ। ਕਾਪੀ ਨੋਟ ਕਰਦੇ ਹੁੰਦੇ ਸਾਰੇ, ਡਾਇਰੀ ਲਿਖਦੇ ਹੁੰਦੇ ਸਾਰੇ, ਲਿਖਿਆ ਕਰੋ, ਠੀਕ ਹੈ। ਜੇ ਨਹੀਂ ਲਿਖਦੇ ਲਿਖਿਆ ਕਰੋ, ਆਪਣੇ ਟਾਰਗੇਟ ਵੱਡੇ ਰੱਖਿਆ ਕਰੋ ਹਮੇਸ਼ਾ, ਠੀਕ ਹੈ। ਇੱਕ ਲਾਸਟ ਪੁਆਇੰਟ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜਦੋਂ ਕੋਈ ਬੱਚਾ ਜਦੋਂ ਇੱਕ ਲੈਵਲ 'ਤੇ ਪਹੁੰਚ ਜਾਂਦਾ, ਉਹਨੂੰ ਜੋਬ ਵਧੀਆ ਜੋਬ ਮਿਲ ਜਾਂਦੀ ਹੈ ਨਾ, ਅਤੇ ਹਮੇਸ਼ਾ ਆਪਣਾ ਜਿਹੜਾ ਪਿਛੋਕੜ ਉਹ ਹਮੇਸ਼ਾ ਭੁੱਲ ਜਾਂਦੇ ਹੈ ਨਾ, ਹੁੰਦਾ ਨਾ ਕਈ ਵਾਰੀ, ਤੁਸੀਂ ਵੀ ਕਈ ਵਾਰੀ ਕਹਿੰਦੇ ਹੋ ਤੁਹਾਡੇ ਪਿੰਡੋਂ ਕੋਈ ਵਧੀਆ ਉੱਪਰ ਨਿਕਲ ਗਿਆ ਯਾਰ, ਉਹ ਤਾਂ ਪਿੰਡ ਮੁੜਦਾ ਹੀ ਨਹੀਂ ਹੁਣ। ਹਮੇਸ਼ਾ ਇਹ ਚੀਜ਼ਾਂ ਧਿਆਨ ਰੱਖਣਾ ਹੈ, ਚੰਗਾ ਜਦੋਂ ਵੀ ਕਿਸੇ ਲੈਵਲ 'ਤੇ ਪਹੁੰਚ ਗਏ ਪਿੱਛੇ ਆਉਣਾ ਆ, ਜਿਹੜੇ ਆਪਣੇ ਜੂਨੀਅਰ ਨੇ, ਜਿੱਦਾਂ ਮੈਂ ਤੁਹਾਨੂੰ ਸਪੀਚ ਦੇ ਰਿਹਾ, ਜਿੱਦਾਂ ਆਪਣੇ ਜੂਨੀਅਰ ਨੇ, ਉਹਨਾਂ ਨੂੰ ਆਣ ਕੇ ਮੋਟੀਵੇਟ ਕਰਨਾ ਹੈ। ਤੁਸੀਂ ਉਹਨਾਂ ਨੂੰ ਮੋਟੀਵੇਟ ਕਰੋਗੇ, ਉਹ ਤੁਹਾਡੇ ਤੋਂ ਹੋ ਸਕਦਾ ਵੀ ਉਹ ਤੁਹਾਡੇ ਨਾਲ ਆਉਣੇ। ਕਦੀ ਇਹ ਨਹੀਂ ਸੋਚਣਾ ਵੀ ਮੈਂ ਆਪਣੇ ਪਿੰਡ 'ਚੋਂ ਨਿਕਲ ਗਿਆ, ਮੇਰੇ ਤੋਂ ਬਾਅਦ ਹੋਰ ਕੋਈ ਨਿਕਲੇ ਨਾ, ਠੀਕ ਹੈ। ਜਿਹੜੀ ਸੋਚ ਹੈ ਆਪਣੀ ਹਮੇਸ਼ਾ ਜਿਹੜੀ ਪੋਜ਼ੀਟਿਵ ਰੱਖਣੀ ਹੈ, ਹਮੇਸ਼ਾ ਉੱਚੀ ਰੱਖਣੀ ਹੈ, ਠੀਕ ਹੈ। ਚਲੋ, ਆਲ ਦਾ ਬੈਸਟ, ਥੈਂਕ ਯੂ ਸੋ ਮੱਚ ਫੋਰ ਸਰ।